खालसा वाहेगुरु जी की फतेह। अकाल पुरख वाहेगुरु जी, तुहाडी कृपा दे नाल सानूं भोजन प्रहादा छकण नूं मिलदा है। मनुखता की सेवा परिवार वल्लियों आप जी का बहुत बहुत धन्यवाद किया जाता है। अती सारी संगत नूं श्री गुरु गोबिंद सिंह जी महाराज जी दे गुरपुरब दीआं बहुत बहुत मुबारकां। जो किसान भरा दिल्ली जां सड़कां उप्पर अपने हक्कां खातर संघर्ष कर रहे आ, वाहिगुरु उन्हां नूं अते उन्हां दे परिवार नूं चढ़दी कला बख्शे। वाहिगुरु जी का खालसा वाहिगुरु जी की फतेह। वाहेगुरु जी की फतेह। अज गुरु गोबिंद सिंह महाराज जी के प्रकाश दिहाड़े नूं असीं सारियां संगतां नूं लख लख बधाइयां दिंदे हां ते वाहेगुरु सच्चे पातशाह चढ़दी कला बख्शण, तंदरुस्ती बख्शण सानूं सारियां नूं। ते जिहड़े साडे किसान भरा, साडियां मावां, साडे बच्चे, साडे वीर, ਸਾਡੇ ਬਜ਼ੁਰਗ ਸੜਕਾਂ 'ਤੇ ਬੈਠੇ ਆਪਣਾ ਸੰਘਰਸ਼ ਲੜ ਰਹੇ ਨੇ, ਹੁਣ ਤੀਕਰ 125 ਦੇ ਕਰੀਬ ਸ਼ਹਾਦਤਾਂ ਦੇ ਚੁੱਕੇ ਨੇ, ਉਹਨਾਂ ਦੀ ਮਿਹਨਤ ਵੀ ਸਫਲ ਹੋਵੇ, ਉਹਨਾਂ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਬਲ ਬਖਸ਼ਣ ਵੀ ਉਹ ਜਿੱਤ ਕੇ ਉੱਥੋਂ ਵਾਪਸ ਆਉਣ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਸੱਚੇ ਪਾਤਸ਼ਾਹ ਵਾਹਿਗੁਰੂ, ਅਸੀਂ ਉਸ ਸੰਘਰਸ਼ ਨੂੰ ਸਬਰ ਅਤੇ ਸੰਤੋਖ ਦੇ ਨਾਲ ਲੜ ਸਕੀਏ। ਅੱਜ ਕਰੀਬ 55-56 ਦਿਨ ਹੋ ਗਏ ਨੇ ਸੰਘਰਸ਼ ਨੂੰ ਚੱਲਦਿਆਂ, ਅਤੇ ਸਰਕਾਰ ਪਤਾ ਨਹੀਂ ਕਿਉਂ ਇੱਦਾਂ ਦਾ ਅੜੀਅਲ ਰਵੱਈਆ ਅਖਤਿਆਰ ਕਰੀ ਬੈਠੀ ਆ, ਪਤਾ ਨਹੀਂ ਕਾਹਦੀ ਜਿੱਦ ਕਰੀ ਬੈਠੀ ਆ ਇਹਨਾਂ ਕਿਸਾਨਾਂ ਦੇ ਨਾਲ। ਇਹ ਕਿਸਾਨ ਕਿਸੇ ਦੇ ਦੁਸ਼ਮਣ ਨਹੀਂ ਹੈਗੇ, ਨਾ ਇਹ ਅੱਤਵਾਦੀ ਆ, ਨਾ ਇਹ ਵੱਖਵਾਦੀ ਆ, ਇਹ ਕਿਰਤੀ ਕਿਸਾਨ ਨੇ, ਅੰਨਦਾਤਾ ਨੇ, ਜਿਹੜੇ ਢਿੱਡ ਭਰਦੇ ਨੇ ਉਸ ਹਰ ਇੱਕ ਇਨਸਾਨ ਦਾ ਜਿਹੜਾ ਇਸ ਧਰਤੀ 'ਤੇ ਆਇਆ। ਅਤੇ ਅੱਜ ਉਹਨਾਂ ਕਿਸਾਨਾਂ ਨੂੰ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਰੁਲਣਾ ਪੈ ਰਿਹਾ, ਮਰਨਾ ਪੈ ਰਿਹਾ, ਇਹ ਬੜੀ ਦੁੱਖ ਦੀ ਗੱਲ ਆ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਆ, ਪ੍ਰਕਾਸ਼ ਪੁਰਬ 'ਤੇ ਸਰਕਾਰ ਨੂੰ ਅੱਜ ਫਰਾਕ ਦੇ ਲਈ ਦਿਖਾਉਣੀ ਚਾਹੀਦੀ ਸੀ, ਵੱਡਾ ਦਿਲ ਦਿਖਾਉਣਾ ਚਾਹੀਦਾ ਸੀਗਾ ਵੀ ਅੱਜ ਕਿਸਾਨਾਂ ਨੂੰ ਸਾਨੂੰ ਇਹ ਗਿਫਟ ਦਿੰਦੇ। ਉਹ 26 ਜਨਵਰੀ ਆ ਰਹੀ ਹੈ ਮੂਹਰੇ, ਗਣਤੰਤਰਤਾ ਦਿਵਸ ਆ, ਉਹਦੇ ਵਾਸਤੇ ਕਿਸਾਨ ਬੜੇ ਵੱਡੇ ਲੈਵਲ 'ਤੇ ਤਿਆਰੀਆਂ ਕਰੀ ਜਾਂਦੇ ਨੇ। ਕਿਸਾਨਾਂ ਨੇ ਉੱਥੇ ਪਰੇਡ ਕਰਨੀ ਆ, ਉਹਦੇ ਵਿੱਚ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਹੋ ਕੇ ਹੁਣ ਤੱਕ ਜਿਵੇਂ ਉਹਨਾਂ ਨੇ 1.5 ਮਹੀਨਾ ਕੱਢਿਆ, ਅਗਲਾ ਜਿਹੜਾ ਸਮਾਂ ਉਹ ਵੀ ਸਾਡੇ ਨਾਲ ਖੜਨਗੇ ਸੱਚੇ ਪਾਤਸ਼ਾਹ ਵਾਹਿਗੁਰੂ। ਉਹ ਚਾਹੇ ਅੱਲਾ ਵਾ, ਚਾਹੇ ਰਾਮ ਆ, ਚਾਹੇ ਵਾਹਿਗੁਰੂ ਆ, ਚਾਹੇ ਭਗਵਾਨ ਆ, ਸਾਰਿਆਂ ਦੀ ਕਿਰਪਾ ਅਤੇ ਸਦਕਾ ਅਸੀਂ ਇਹ ਸੰਘਰਸ਼ ਲੜ ਰਹੇ ਹਾਂ, ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ, ਇਹ ਸੰਘਰਸ਼ ਜਿਹੜਾ ਸਬਰ ਅਤੇ ਸੰਤੋਖ ਨਾਲ ਲੜ ਰਹੇ ਹਾਂ। ਅਸੀਂ ਵੀ ਪੰਜਾਬ ਆਏ ਹੋਏ ਸੀਗੇ, ਕੱਲ੍ਹ ਕੈਂਪ ਲੱਗ ਕੇ ਹਟਿਆ,
ਅੱਜ ਇੱਕ ਦੋ ਇੱਥੇ ਕੰਮ ਜ਼ਰੂਰੀ ਪ੍ਰੋਗਰਾਮ ਸੀਗੇ ਅਤੇ ਦੋ ਤਿੰਨ ਇੱਦਾਂ ਦੇ ਪੇਸ਼ੈਂਟ ਸੀ ਜਿਨ੍ਹਾਂ ਨੂੰ ਲੈ ਕੇ ਆਉਣਾ ਜਾਂ ਹਸਪਤਾਲਾਂ 'ਚ ਦਾਖਲ ਕਰਾਉਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਅਸੀਂ ਆਏ ਸੀ ਅਤੇ ਅਸੀਂ ਵੀ ਵਾਪਸ ਚੱਲੇ ਹਾਂ ਅਤੇ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਅਸੀਂ ਉੱਥੇ ਸੇਵਾ ਕਰ ਸਕੀਏ ਜਿਹੜਾ ਗੁਰੂ ਕੇ ਲੰਗਰਾਂ ਦੀ ਸੇਵਾ ਵਾਹਿਗੁਰੂ ਨੇ ਬਖਸ਼ੀ ਹੋਈ ਹੈ ਅਤੇ ਅਸੀਂ ਜਿਹੜਾ ਸਾਨੂੰ ਇਹ NIA ਵੱਲੋਂ ਇੱਕ ਸੰਮਣ ਵੀ ਭੇਜਿਆ ਗਿਆ ਉਹਦੇ ਵਾਸਤੇ ਵੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੁਸੀਂ ਵੀ ਸਾਨੂੰ ਰਸਤਾ ਦਿਖਾਉਣਾ ਅੱਗੋਂ ਅਸੀਂ ਕੀ ਕਰੀਏ ਅਤੇ ਕਿਸ ਤਰੀਕੇ ਨਾਲ ਅਸੀਂ ਇਸ ਸਾਰੇ ਜਿਹੜੇ ਇਸ ਟਾਈਮ ਸਰਕਮਸਟਾਂਸਿਸ ਬਣੇ ਆ ਜਿਹੜੇ ਹਾਲਾਤ ਬਣੇ ਆ ਉਹਨਾਂ 'ਚੋਂ ਕਿੱਦਾਂ ਬਾਹਰ ਨਿਕਲ ਸਕਦੇ ਹਾਂ ਅਤੇ ਬਸ ਇੱਕੋ ਹੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਵਾਰ ਵਾਰ 26 ਤਰੀਕ ਨੂੰ ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖਿਓ ਸਬਰ ਦੇ ਨਾਲ ਸੰਤੋਖ ਵੀ ਜ਼ਰੂਰ ਰੱਖਿਓ ਆਪਣੀ ਜਿੱਤ ਯਕੀਨੀ ਆ ਸਮਾਂ ਲੱਗ ਸਕਦਾ ਪਰ ਉਹ ਸਮਾਂ ਸਾਨੂੰ ਹੋਰ ਮਜ਼ਬੂਤ ਕਰੂਗਾ ਉਹ ਸਮਾਂ ਸਾਡਾ ਨੁਕਸਾਨ ਨਹੀਂ ਕਰੂਗਾ ਇਸ ਕਰਕੇ ਜਿੰਨਾ ਜ਼ਿਆਦਾ ਸਮਾਂ ਲੱਗੂਗਾ ਸਾਨੂੰ ਓਨਾ ਹੀ ਜ਼ਿਆਦਾ ਆਪਣੇ ਹੱਕ ਲੈਣ ਦਾ ਆਪਣੇ ਹੱਕਾਂ ਲਈ ਲੜਨ ਦਾ ਆਪਣੇ ਹੱਕਾਂ ਲਈ ਖੜਨ ਦਾ ਹੋਰ ਬਲ ਮਿਲੂਗਾ ਹੋਰ ਜਾਂਚ ਮਿਲੂਗੀ ਸਾਨੂੰ ਅੱਜ ਸਾਡੇ ਸੇਵਾ ਦੇ ਪਰਿਵਾਰ ਦੇ ਮੈਂਬਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਸਾਰੇ ਅੱਜ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸਾਗ ਦੀ ਸਪੈਸ਼ਲ ਸੇਵਾ ਹੋਈ ਆ ਬੀਲੇ ਪਿੰਡ ਤੋਂ ਸਾਡੇ ਹਰਪ੍ਰੀਤ ਸਿੰਘ ਗਰੇਵਾਲਾ ਬਿੰਦਾ ਵੀਰ ਆ ਉਹ ਆਪਣੇ ਘਰੋਂ ਸਪੈਸ਼ਲ ਸਾਗ ਬਣਾ ਕੇ ਲੈ ਕੇ ਆਏ ਨੇ ਖੀਰ ਬਣਾਈ ਗਈ ਆ ਯਾਨੀ ਕਿ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਉੱਥੇ ਵੀ ਹਰ ਰੋਜ਼ ਸਿੰਘੂ ਬਾਰਡਰ 'ਤੇ ਕੁੰਡਲੀ ਬਾਰਡਰ 'ਤੇ ਵੀ ਹਰ ਰੋਜ਼ ਗੁਰੂ ਕੇ ਲੰਗਰ ਚੱਲਦੇ ਨੇ ਇੱਥੇ ਵੀ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ ਬਸ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਅਸੀਂ ਐਡੀ ਵੱਡੀ ਸੇਵਾ ਕਰ ਪਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ ਜਿੱਤ ਪੱਕੀ ਆ ਯਕੀਨੀ ਆ ਐਲਾਨ ਹੋਣ ਵਾਲਾ ਬਾਕੀ ਆ ਸਮੇਂ ਦੇ ਨਾਲ ਇਹ ਵੀ ਹੋ ਜਾਊਗਾ ਬਸ ਵੀਰੋ ਅਤੇ ਭੈਣਾਂ ਸਬਰ ਰੱਖੋ ਬਜ਼ੁਰਗਾਂ ਅਤੇ ਮਾਵਾਂ ਨੂੰ ਸਾਡੀਆਂ ਨੂੰ ਇੱਕੋ ਹੀ ਬੇਨਤੀ ਆ ਵੀ ਆਪਾਂ ਤਕੜੇ ਹੋ ਕੇ ਲੜਨਾ ਇਸ ਘਰ 'ਚ ਸਬਰ ਨਾਲ ਲੜਨਾ ਅਤੇ ਜੋਸ਼ ਦੇ ਨਾਲ ਹੋਸ਼ ਰੱਖਣਾ ਅਸੀਂ ਹਮੇਸ਼ਾ ਆਪਦੇ ਆਪ ਨੂੰ ਬੜੇ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਵੀ ਸਾਨੂੰ ਗੁਰੂ ਸਾਹਿਬ ਨੇ ਉੱਥੇ ਗੁਰੂ ਕੇ ਲੰਗਰ ਲਗਾਉਣ ਦੀ ਸੇਵਾ ਬਖਸ਼ੀ ਇੰਨੀਆਂ ਕੀ ਬੇਨਤੀਆਂ ਦੁਬਾਰਾ ਤੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਅਤੇ ਜੰਗ ਜਾਰੀ ਰੱਖਿਓ ਜਿੱਤਾਂਗੇ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਤੇ ਮਜ਼ਦੂਰ ਦੀ ਏਕਤਾ ਜ਼ਿੰਦਾਬਾਦ ਕਿਸਾਨ ਤੇ ਮਜ਼ਦੂਰ ਦੀ ਏਕਤਾ ਜ਼ਿੰਦਾਬਾਦ ਕਿਸਾਨ ਤੇ ਮਜ਼ਦੂਰ ਦੀ ਏਕਤਾ ਜ਼ਿੰਦਾਬਾਦ।